ਨਮਸਤੇ ਜੀ ਸਾਰਿਆਂ ਨੂੰ। ਅਤੇ ਬਣਨ ਜਾ ਰਹੀ ਹੈ ਅੱਜ ਭਿੰਡੀ ਦੀ ਸਬਜ਼ੀ। ਭਿੰਡੀ ਇੱਕ ਨਹੀਂ ਮਤਲਬ ਭਿੰਡੀਆਂ, ਆਹ ਆਪਾਂ ਸਾਬਤੀਆਂ ਮਿਰਚਾਂ ਹਰੀਆਂ ਪਾ ਕੇ ਬਣਾ ਲਿਆ ਮਸਾਲਾ, ਆਹ ਪਾ ਤੀਆਂ ਵਿੱਚ ਭਿੰਡੀਆਂ। ਅਤੇ ਵੀਡੀਓ 'ਤੇ ਕਲਿੱਕ ਕਰਨ ਵਾਸਤੇ ਧੰਨਵਾਦ। ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ, ਜਿਹੜੇ ਪੁਰਾਣੇ ਉਹ ਕਰ ਲਿਓ ਕਮੈਂਟ। ਅਤੇ ਆਹ ਦੇਖੋ ਸਾਡੇ ਅੱਜ ਬੱਦਲ, ਬਹੁਤ ਸੋਹਣਾ ਸੋਹਣਾ ਸੁਰੀਲਾ ਮੌਸਮ। ਅਤੇ ਅੱਜ ਤਾਂ ਰੱਬ ਨੇ ਜੀਣ ਦਾ ਸਬਕ ਦੇ ਤਾ, ਇੰਨੀ ਸੋਹਣੀ ਹਵਾ, ਅਤੇ ਨਹੀਂ ਤਾਂ ਬਾਲਤਾ ਸੀ ਫੜ ਕੇ, ਪਤਾ ਨਹੀਂ ਕੀ ਹੀਟਰ ਲਾ ਕੇ ਬੈਠਾ ਸੀ। ਵੀ ਫੋਨ ਡਗਮਗਾਉਂਦਾ। ਲਾਤਾ ਭਿੰਡੀਆਂ ਨੂੰ ਤੜਕਾ, ਸਾਰੀਆਂ ਭਿੰਡੀਆਂ ਮਸਾਲੇ 'ਚ ਲਿਪਟ ਗਈਆਂ। ਅਸੀਂ ਚਾਹੂੰ ਤਾਂ ਇਸ ਤਰ੍ਹਾਂ ਹੁਣ ਪਾ ਕੇ ਇਹਦੇ 'ਚ ਬੇਸਣ ਅਤੇ ਪਕੌੜੇ ਵੀ ਬਣਾ ਸਕਦੇ, ਪਰ ਅਸੀਂ ਸਬਜ਼ੀ ਪਸੰਦ ਕਰਦੇ, ਪਕੌੜੇ ਬਣਾ ਕੇ ਚਾਹ ਨਾਲ ਖਾ ਸਕਦੇ ਹੋ। ਮਾਸੀ ਨਹਿਰ ਉਹ ਵੀ ਸੁੰਨੀ ਪਈ ਹੈ ਜਮ ਸੁੱਕੀ। ਕੀ ਹਾਂ ਉਰੀ ਉਰੀ ਉੱਥੇ ਚੋਲੇ 'ਚ ਮਿਲਣ ਵਾਲੀ ਹੋ
ਹੋਰ ਨਹੀਂ, ਹਾਲ ਚਾਲ ਪੁੱਛਿਆ ਨਹੀਂ, ਹੋਰ ਨਹੀਂ। ਪੇ ਚੀਜ਼ੀ ਖਾਏਂਗੀ? ਅੰਬ ਕਿਹੜਾ ਮੁਕਾਊਗਾ? ਅੰਬ ਕਿਹੜਾ ਮੁਕਾਊਗਾ? ਆ ਕਹੂਗਾ ਨਾ ਵੀ ਅੱਜ ਸਾਡੇ ਠੰਡੀ ਠੰਡੀ ਹਵਾ ਚੱਲ ਗਈ ਤੇ ਸਾਡੇ ਜਵਾਕਾਂ ਨੂੰ ਚੜ ਗਈ ਮਸਤੀ। ਸਾਹਮਣੇ ਦੋ ਕੈਮਰੇ ਦੀ ਨਿੱਕੀ ਨਿੱਕੀ ਕਣੀ ਮੋਟਾ ਮੀਵੇ ਵਰੇ ਵੇ ਵੀਰਾ, ਨਦੀ ਦੇ ਕਿਨਾਰੇ ਕੋੜੀ ਕਾਵੇ ਚਰੇ, ਨਦੀ ਦੇ ਕਿਨਾਰੇ ਕੋੜੀ ਕਾਵੇ ਚਰੇ ਵੇ ਵੀਰਾ, ਮਾਤਾ ਸੁਵਗਨ ਤੇਰੇ ਸਗਨੇ ਕੁੜੀ ਦੇ ਉੱਤਰ ਟੱਪ ਗਿਆ ਆਪੂਆ ਕਹਿੰਦੀ ਨਾ ਨੀ ਭੱਜਣ ਦੀ ਲੱਗੀ ਹੈ, ਕੁੜੀ ਦੇ ਉੱਤਰ ਟੱਪ ਗਿਆ। ਚੱਲ ਪੁੱਪ ਕਰ ਜਾ, ਪੁੱਪ ਕਰ ਜਾ, ਕਿੱਥੇ ਵੱਜੀ? ਜਾ ਜਾ ਫੇਰ ਭੱਜ ਲੈ, ਭੱਜ ਲਓ ਭੱਜ ਲੈ, ਸ਼ੇਰ ਬੰਦੇ। ਬਾਈ ਤੈਨੂੰ ਪਤਾ ਨੀ ਕਿੰਨੀ ਜ਼ਿਆਦਾ ਗਰਮੀ ਹੈ ਤੇ ਉੱਥੇ ਪੱਖਾ ਚਲਾਇਆ ਸੀ, ਪਤਲੀ ਜੀ ਹਨੇਰੀ, ਪਤਲੀ ਜੀ ਹਨੇਰੀ ਹੈ ਤਾਂ ਹੋਈ ਹੈ ਕਿ ਵਿੱਚ ਨਾ ਥੋੜਾ ਜਿਹਾ ਮੀਂਹ ਆ ਗਿਆ। ਦੇਖੋ ਥੋੜਾ ਥੋੜਾ ਮੀਂਹ ਆ ਗਿਆ, ਇਸ ਦੇ ਕਾਰਨ ਨਾ ਲਗਨ ਦੇ ਕਹਿਣ ਦੇ ਮੁਤਾਬਿਕ ਵੀ ਹਨੇਰੀ ਪਤਲੀ ਜੀ ਹੋਈ ਹੈ, ਉਹਨੂੰ ਬਾਹਰ ਦੇ ਓਹਲੇ ਕਰ, ਮੈਂ ਤੈਨੂੰ ਕਿਹਾ ਨਾ ਛੱਡ ਦੇ ਇਹਨੂੰ, ਛੱਡ ਦੇ ਇੱਕ ਵਾਰੀ ਉਹਨੂੰ ਸਿਰੇ ਚੜਾ ਕੇ, ਫਿਰ ਉੱਤੋਂ ਟੱਪ ਗਿਆ ਸੀ ਇਹਨੇ ਛਿੱਤਰ ਖਾਣੇ। ਗਰਮ ਹੈ ਲੈ ਫੜ ਥੱਲੋ, ਰੂਪ ਸੰਧੂਰੀ ਅੰਬ ਵਰਗਾ ਬਰਗਰ ਲਿਆਂਦੇ ਜਿਹੜੇ ਤਾਂ ਚੈੱਟ ਕਰਕੇ ਉਹਨਾਂ ਦੀ ਵੀਡੀਓ ਬਣਾਉਣ ਨਹੀਂ ਦਿੱਤੇ। ਹਰ ਕੰਮ ਦਾ ਨਾ ਤਜਰਬਾ ਹੁੰਦਾ ਬੰਦੇ ਦਾ। ਪਾਣੀ ਤੁੜਨ ਇੱਕ ਵਾਰੀ ਮੈਨੂੰ ਕੱਟਣ ਦੇ ਦੋਨੇ ਹੱਥਾਂ ਨਾਲ, ਖੜ ਅੰਬੀਆਂ ਪੱਕੀਆਂ ਵੀ ਹੈ, ਦੁਸਹਿਰੀ ਅੰਬ ਹੈ, ਪਰੀ ਕੋਲੇ ਹੈ ਨੀ ਧੋਵਾਂਗੇ ਬਾਈ ਠੰਡੇ ਪਾਣੀ ਨਾਲ। ਹਾਂ ਨਹੀਂ ਕੋਈ ਪੁੱਛੀ ਤਾਂ ਕਿਹਦਾ ਕੀ ਖਾਈਏ ਦੇਖੋ ਅਸੀਂ ਕਿੰਨੇ ਅੰਬ ਲਿਆਂਦੇ ਹੁਣ ਇਹਨਾਂ ਨੂੰ ਧੋਣੇ, ਸਾਫ਼ ਪਾਣੀ ਨਾਲ ਧੋ ਕੇ
ਖਾਣ ਸੂਰਾ ਬੰਦਾ ਐਵੇਂ ਹੁੰਦਾ ਕਹਿੰਦੇ ਲੱਗੀ ਰਹਿੰਦੀ ਸਵੇਰੇ ਦੀ ਲੱਗੀ ਬਰਗਰ ਖਾ ਬਰਗਰ ਖਾ ਗਈ ਬਰਗਰ ਵਾਲਾ ਉਹ ਕੀ ਕਹਿੰਦੇ ਹੁੰਦੇ ਆ ਚਾਊਮੀਨ ਕਿਹੜਾ ਪੇਪਰ ਜਿਹਾ ਹੁੰਦਾ ਸਿਲਵਰ ਬਟ ਹਾਂ ਸਿਲਵਰ ਵਾਲਾ ਪੇਪਰ ਜਿਹਾ ਸਿਲਵਰ ਪੇਪਰ ਉਹਦੇ 'ਤੇ ਰੱਖ ਕੇ ਖਿਲਾਰ ਕੇ ਚੰਗੀ ਤਰ੍ਹਾਂ ਸਾਰਾ ਬਰਗਰ ਖਾ ਲਿਆ ਉਹਦੇ ਨਾਲ ਰੱਜੀ ਨਹੀਂ ਐਡੇ ਬਰਗਰ ਨਾਲ ਚਲੋ ਵੀ ਅੱਜ ਦੇ ਵੀਡੀਓ ਨੂੰ ਕਰਦੇ ਐਂਡ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ ਅਤੇ ਪੁਰਾਣੇ ਨਵੇਂ ਸਾਰੇ ਕਰ ਲਿਓ ਕਮੈਂਟ ਅਤੇ ਅੱਜ ਦੀ ਮੰਨਿਓ ਰਾਮ ਰਾਮ ਕੱਲ੍ਹ ਨੂੰ ਮਿਲਾਂਗੇ ਇੱਕ ਨਈ ਸੁਬਹ ਕੇ ਸਾਥ ਇੱਕ ਨਏ ਵੀਡੀਓ ਮੇ ਬਾਏ ਬਾਏ ਇਹ ਵੱਡੀ ਸਾਰੀ ਆਵਾਜ਼ 'ਚ ਬੋਲਦੀ ਬਾਏ 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 ਬਾਏ।